ਰਾਣਾ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਏ ਰਜਿਸਟਰੀ ਦੇ ਸਬੰਧ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਹੈ ਨਵੀਂ ਸ਼ਰਤ ਲਾਗੂ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਜੇਕਰ ਤੁਸੀਂ ਜ਼ਮੀਨ ਆਪਣੇ ਨਾਂ ਲਵਾਉਣੀ ਹੈ ਰਜਿਸਟਰੀ ਕਰਵਾਉਣੀ ਹੈ ਜਾਂ ਕਿਸੇ ਦੇ ਨਾਂ ਤੇ ਟਰਾਂਸਫਰ ਕਰਵਾਉਣੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੋ ਕੰਮ ਕਰਨੇ ਪੈਣਗੇ ਉਹ ਇਹ ਨੇ ਕਿ ਸਹਿਕਾਰੀ ਵਿਭਾਗ ਦੇ ਵਿੱਚੋਂ ਸਹਿਕਾਰਤਾ ਡਿਪਾਰਟਮੈਂਟ ਦੇ ਕੋਲੋਂ ਐਨਓਸੀ ਤੁਹਾਨੂੰ ਲੈਣੀ ਪਵੇਗੀ ਤੇ ਨਾਲ ਹੀ ਬਿਜਲੀ ਵਿਭਾਗ ਦੀ ਐਨਓਸੀ ਵੀ ਜ਼ਰੂਰੀ ਕਰ ਦਿੱਤੀ ਗਈ ਹੈ ਪਾਪ ਕੇ ਜੇਕਰ ਤੁਸੀਂ ਕਿਸੇ ਸਹਿਕਾਰੀ ਬੈਂਕ ਤੋਂ ਕਰਜ਼ਾ ਲਿਆ ਏ ਤਾਂ ਪਹਿਲਾਂ ਤੁਹਾਨੂੰ ਕਰਜ਼ਾ ਭਰਨਾ ਪਵੇਗਾ ਉਸ ਤੋਂ ਐਨਓਸੀ ਲੈਣੀ ਪਵੇਗੀ ਫਿਰ ਹੀ ਤੁਸੀਂ ਅੱਗੇ ਜ਼ਮੀਨ ਖਰੀਦਿਆ ਵੇਚ ਸਕਦੇ ਹੋ ਇਹੀ ਨਹੀਂ ਬਿਜਲੀ ਵਿਭਾਗ ਦੀ ਐਨਓਸੀ ਵੀ ਜ਼ਰੂਰੀ ਕਰ ਦਿੱਤੀ ਗਈ ਹੈ ਕਿ ਜਿਹੜੀ ਮਕਾਨ ਜਗਾ ਜ਼ਮੀਨ ਤੁਸੀਂ ਵੇਚ ਰਹੇ ਹੋ ਕੀ ਉਸ ਤੇ ਬਿਜਲੀ ਦਾ ਬਕਾਇਆ ਤਾਂ ਨਹੀਂ ਤਾਂ ਇਹ ਦੋਵੇਂ ਜਿਹੜੀਆਂ ਨਵੀਆਂ ਸ਼ਰਤਾਂ ਨੇ ਉਹ ਲਾਗੂ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਮਾਲ ਵਿਭਾਗ ਦੇ ਵੱਲੋਂ ਇਨਸਟਰਕਸ਼ਨ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਗੰਆਂ ਨੇ ਕਿ ਜੇਕਰ ਕਿਸੇ ਨੇ ਰਜਿਸਟਰੀ ਕਰਵਾਉਣੀ ਹੈ ਤੇ ਜੇਕਰ ਉਸ ਕੋਲ ਐਨਓਸੀ ਹੋਵੇਗੀ ਦੋਵਾਂ ਵਿਭਾਗਾਂ ਦੀ ਤਾਂ ਹੀ ਰਜਿਸਟਰੀ ਹੋਏਗੀ ਤਾਂ ਹੀ ਕਿਸੇ ਹੋਰ ਦੇ ਨਾਮ ਜਿਹੜੀ ਜ਼ਮੀਨ ਜਾਇਦਾਦ ਹੈ ਉਹ ਟਰਾਂਸਫਰ ਹੋਵੇਗੀ ਵੱਡੀ ਖਬਰ ਹੈ ਰਜਿਸਟਰੀ ਜਿਹੜੇ ਕਰਵਾ ਚੁੱਕੇ ਨੇ ਜਾਂ ਕਰਵਾ ਰਹੇ ਨੇ ਉਹਨਾਂ ਲਈ ਵੱਡੀ ਖਬਰ ਹੈ ਜਿਹੜੇ ਕਰਵਾਉਣਾ ਚਾਹੁੰਦੇ ਨੇ ਉਹਨਾਂ ਲਈ ਬੇहद ਅਹਿਮ ਖਬਰ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਅਹਿਮ ਫੈਸਲਾ ਲੈ ਲਿਆ ਗਿਆ ਨਵਾਂ ਫੈਸਲਾ ਲੈ ਲਿਆ ਗਿਆ ਏ ਪੰਜਾਬ ਦੇ ਵਿੱਚ ਜੇਕਰ ਤੁਸੀਂ ਹੁਣ ਰਜਿਸਟਰੀ ਕਰਵਾਉਣੀ ਹੈ ਤਾਂ ਤੁਹਾਨੂੰ ਸਹਿਕਾਰਤਾ ਵਿਭਾਗ ਤੋਂ ਐਨਓਸੀ ਲੈਣੀ ਪਵੇਗੀ ਤੇ ਨਾਲ ਹੀ ਬਿਜਲੀ ਵਿਭਾਗ ਤੋਂ ਵੀ ਐਨਓਸੀ ਲੈਣੀ ਪਵੇਗੀ ਬਿਨਾ ਐਨਓਸੀ ਤੋਂ ਰਜਿਸਟਰੀ ਨਹੀਂ ਹੋਵੇਗੀ ਤੇ ਨਾ ਹੀ ਕੋਈ ਜ਼ਮੀਨ ਜਾਇਦਾਦ ਕਿਸੇ ਹੋਰ ਦੇ ਨਾਮ ਟਰਾਂਸਫਰ ਹੋਵੇਗੀ ਹਾਲਾਂਕਿ ਕਈ ਕਿਸਾਨ ਜਥੇਬੰਦੀਆਂ ਨੇ ਇਸ ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ ਦੱਸਦੀ ਹੈ ਕਿ ਰਜਿਸਟਰੀ ਕਰਵਾਉਣ ਤੋਂ ਪਹਿਲਾਂ ਤੁਹਾਨੂੰ ਸਹਿਕਾਰੀ ਬੈਂਕ ਦਾ ਲੋਨ ਚੁਕਾਉਣਾ ਪਵੇਗਾ ਤੇ ਨਾਲ ਹੀ ਬਿਜਲੀ ਦਾ ਬਕਾਇਆ ਬਿੱਲ ਵੀ ਭਰਨਾ ਪਵੇਗਾ ਸਰਕਾਰ ਦੇ ਅਧਿਕਾਰੀਆਂ ਦਾ ਤੇ ਸਰਕਾਰ ਦਾ ਤੇ ਮੰਤਰੀ ਮਾਲ ਮੰਤਰੀ ਜਿੰਪਾ ਦਾ ਤਰਕ ਇਹ ਹੈ ਕਿ ਬਹੁਤ ਸਾਰੇ ਲੋਕ ਬਿਨਾਂ ਬਿਜਲੀ ਦਾ ਬਿੱਲ ਚੁਕਾਏ ਅੱਗੇ ਆਪਣਾ ਮਕਾਨ ਜਾਂ ਪਲਾਟ ਜਾਂ ਜ਼ਮੀਨ ਜਾਇਦਾਦ ਵੇਚ ਦਿੰਦੇ ਨੇ ਤੇ ਬਿਜਲੀ ਵਿਭਾਗ ਵੱਲ ਜਿਹੜਾ ਬਕਾਇਆ ਹੈ ਉਹ ਪੈਂਡਿੰਗ ਰਹਿ ਜਾਂਦਾ ਹੈ ਇਸ ਕਰਕੇ ਪਹਿਲਾਂ ਬਿੱਲ ਚੁਕਾਓ ਤਾਂ ਰਜਿਸਟਰੀ ਹੋਊਗੀ ਤੇ ਉਸ ਦੇ ਲਈ ਐਨਓਸੀ ਲੈਣੀ ਪਵੇਗੀ ਇਸ ਤੋਂ ਬਿਨਾ ਬਹੁਤ ਸਾਰੇ ਲੋਕ ਫਰਾਡ ਵੀ ਕਰਦੇ ਨੇ ਕਿ ਪਹਿਲਾਂ ਇੱਕ ਜ਼ਮੀਨ ਤੇ ਕਰਜ਼ਾ ਲਿਆ ਹੁੰਦਾ ਹੈ ਤੇ ਉਸ ਜ਼ਮੀਨ ਨੂੰ ਅੱਗੇ ਵੇਚ ਦਿੰਦੇ ਨੇ ਕਰਜ਼ਾ ਉਸੇ ਅਨੁਸਾਰ ਖੜਾ ਰਹਿ ਜਾਂਦਾ ਹੈ ਜਾਂ ਕਈ ਵਾਰ ਜਿਹੜਾ ਕਰਜ਼ਾ ਹੈ ਉਹ ਚੁਕਾਉਂਦੇ ਨਹੀਂ ਹੈਗੇ ਤੇ ਅੱਗੇ ਰਜਿਸਟਰੀ ਕਰਵਾ ਦਿੰਦੇ ਨੇ ਜਿਸ ਨੂੰ ਲੈ ਕੇ ਫਰਾਡ ਹੁੰਦੇ ਨੇ ਅਤੇ ਇਸੇ ਨੂੰ ਦੇਖਦਿਆਂ ਹੋਇਆ ਇਹ ਵੱਡਾ ਫੈਸਲਾ ਲਿਆ ਗਿਆ ਹੈ ਹਾਲਾਂਕਿ ਕਿਸਾਨ ਜਥੇਬੰਦੀਆਂ ਇਸ ਤੇ ਇਤਰਾਜ਼ ਵੀ ਜਤਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਪਹਿਲਾਂ ਹੀ ਤਹਿਸੀਲਾਂ ਦੇ ਵਿੱਚ ਰਿਸ਼ਵਤਖੋਰੀ ਹੈ ਤੇ ਹੁਣ ਸਹਿਕਾਰੀ ਵਿਭਾਗਾਂ ਤੋਂ ਜਦੋਂ ਐਨਓਸੀ ਲੈਣੀ ਪਵੇਗੀ ਉੱਥੇ ਵੀ ਬਾਦੂ ਦੇ ਚੱਕਰ ਮਾਰੇ ਪੈਣਗੇ ਰਿਸ਼ਵਤਖੋਰੀ ਉੱਥੇ ਵੀ ਵਧੇਗੀ ਤਾਂ ਦੱਸਦੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਲੈਂਡ ਮਾਫੀਆ ਦੇ ਵੱਲੋਂ ਤਹਿਸੀਲਾਂ 'ਚ ਜਿਹੜਾ ਮਿਲੀਭੁਗਤ ਦੇ ਨਾਲ ਸਹਿਕਾਰੀ ਜਾਂ ਜਿਹੜੇ ਖੇਤੀ ਬੈਂਕ ਨੇ ਉਹਨਾਂ ਤੋਂ ਲੋਨ ਲਏ ਹੋਏ ਸੀਗੇ ਤੇ ਜਿਹੜਾ ਜ਼ਮੀਨ ਦੇ ਰਿਕਾਰਡ ਦੇ ਵਿੱਚ ਜ਼ਰੂਰੀ ਹੁੰਦਾ ਏ ਕਿ ਬੈਂਕ ਲੋਨ ਦਰਜ ਹੋ ਜਾਂਦਾ ਹੈ ਪਰ ਜ਼ਮੀਨ ਦੀ ਰਜਿਸਟਰੀ ਬੈਂਕ ਵਾਲਿਆਂ ਦੇ ਕੋਲ ਹੁੰਦੀ ਹੈ ਇਸ ਦੇ ਵਿੱਚ ਸਬੰਧਤ ਵਿਅਕਤੀ ਜ਼ਮੀਨ ਨਹੀਂ ਵੇਚ ਸਕਦਾ ਪਰ ਹੁਣ ਵਿਭਿੰਨ ਵਿਭਾਗਾਂ ਦੇ ਵੱਲੋਂ ਮਿਲੀ ਭੁਗਤ ਦੇ ਨਾਲ ਜ਼ਮੀਨ ਨੂੰ ਵੇਚ ਦਿੱਤਾ ਜਾਂਦਾ ਹੈ ਜਦ ਕਿ ਉਸ ਤੇ ਜ਼ਮੀਨ ਤੇ ਸਬੰਧਤ ਬੈਂਕ ਦਾ ਲੱਖਾਂ ਰੁਪਏ ਦਾ ਲੋਨ ਖੜਾ ਹੁੰਦਾ ਹੈ ਤਾਂ ਹੁਣ ਐਨਓਸੀ ਜਿਹੜੀ ਆ ਉਹ ਜ਼ਰੂਰੀ ਕਰ ਦਿੱਤੀ ਗਈ ਹੈ ਸਹਿਕਾਰਤਾ ਡਿਪਾਰਟਮੈਂਟ ਦੇ ਵੱਲੋਂ ਐਨਓਸੀ ਲੈਣੀ ਪਵੇਗੀ ਤੇ ਨਾਲ ਹੀ ਬਿਜਲੀ ਵਿਭਾਗ ਦੇ ਵੱਲੋਂ ਵੀ ਐਨਓਸੀ ਤੁਹਾਨੂੰ ਲੈਣੀ ਪਵੇਗੀ ਕਿਉਂਕਿ ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ ਹੈ ਤਾਂ ਨਵੇਂ ਬਦਲਾਅ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਲਗਾਤਾਰ ਰਜਿਸਟਰੀ ਜੇਕਰ ਤੁਸੀਂ ਕਰਾਉਣੀ ਹੈ ਤਾਂ ਤੁਹਾਨੂੰ ਪਹਿਲਾਂ ਇਹ ਦੋ ਕੰਮ ਕਰਨੇ ਪੈਣਗੇ ਪਹਿਲਾ ਕੰਮ ਤੁਹਾਨੂੰ ਬਿਜਲੀ ਵਿਭਾਗ ਤੋਂ ਜਾ ਕੇ ਐਨਓਸੀ ਲੈਣੀ ਪਵੇਗੀ ਤੇ ਨਾਲ ਹੀ ਸਹਿਕਾਰਤਾ ਡਿਪਾਰਟਮੈਂਟ ਤੋਂ ਵੀ ਐਨਓਸੀ ਲੈਣੀ ਪਵੇਗੀ ਤਾਂ ਜੋ ਇਹ ਸਾਬਤ ਹੋ ਸਕੇ ਕਿ ਜਿਹੜੀ ਜ਼ਮੀਨ ਤੁਸੀਂ ਖਰੀਦ-ਵੇਚ ਰਹੇ ਹੋ ਉਸ ਤੇ ਕੋਈ ਲੋਨ ਬਕਾਇਆ ਨਹੀਂ ਹੈ ਬਹੁਤ ਸਾਰੇ ਲੋਕ ਇਸ ਤਰ੍ਹਾਂ ਕਰਦੇ ਸਨ ਪਿਛਲੇ ਸਮੇਂ ਦੇ ਵਿੱਚ ਕਿ ਫਰਾਡ ਹੋ ਜਾਂਦਾ ਸੀਗਾ ਪਹਿਲਾ ਬੈਂਕ ਤੋਂ ਲੋਨ ਲਿਆ ਹੁੰਦਾ ਸੀਗਾ ਉਹੀ ਜ਼ਮੀਨ ਨੂੰ ਅੱਗੇ ਵੇਚ ਦਿੱਤਾ ਜਾਂਦਾ ਸੀਗਾ ਜਿਸ ਕਰਕੇ ਜਿਹੜਾ ਲੋਨ ਆ ਉਹ ਵੀ ਖੜਾ ਰਹਿ ਜਾਂਦਾ ਸੀਗਾ ਕਈ ਵਾਰ ਖਰੀਦਦਾਰ ਨੂੰ ਵੀ ਲੈਣੇ ਦੇਣੇ ਪੈ ਜਾਂਦੇ ਸਨ ਇਸੇ ਤਰ੍ਹਾਂ ਜਿਹੜਾ ਬਿਜਲੀ ਦਾ ਬਿੱਲ ਬਕਾਇਆ ਏ ਉਹ ਵੀ ਕਈ ਵਾਰ ਪੈਂਡਿੰਗ ਖੜਾ ਰਹਿ ਜਾਂਦੇ ਸੀਗਾ ਜਿਹੜਾ ਨਵਾਂ ਮਕਾਨ ਮਾਲਕ ਆਉਂਦਾ ਸੀਗਾ ਉਹ ਕਹਿੰਦਾ ਸੀਗਾ ਕਿ ਬਿਜਲੀ ਤਾਂ ਜਿਹੜਾ ਬਿੱਲ ਹੈ ਉਹ ਤਾਂ ਪੁਰਾਣੇ ਮਾਲਕ ਨੇ ਭਰਨਾ ਸੀ ਉਸ ਦੀ ਇਹ ਜ਼ਿੰਮੇਵਾਰੀ ਨਹੀਂ ਹੈ ਜਿਸ ਨੂੰ ਲੈ ਕੇ ਹੁਣੇ ਨਵਾਂ ਫੈਸਲਾ ਲਿਆ ਗਿਆ ਹਾਲਾਂਕਿ ਕਿਸ ਤੰਗ ਤਰਾ ਤੁਸੀਂ ਸੋਚਦੇ ਹੋ ਇਸ ਫੈਸਲੇ ਨੂੰ ਕੀ ਇਹ ਸਹੀ ਫੈਸਲਾ ਹੈ ਲੈਣਾ ਚਾਹੀਦਾ ਸੀ ਰਾਜ ਸਰਕਾਰ ਨੂੰ ਜਾਂ ਨਹੀਂ ਇਹ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਪਰ ਜਿਸ ਤੰਗ ਦੇ ਨਾਲ ਪੰਜਾਬ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਹ ਲਗਾਤਾਰ ਵੱਡੇ ਫੈਸਲੇ ਲੈ ਰਹੀ ਹੈ ਤਾਂ ਜੇਕਰ ਤੁਸੀਂ ਰਜਿਸਟਰੀ ਕਰਵਾਉਣ ਜਾ ਰਹੇ ਹੋ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੋ ਕੰਮ ਕਰਨੇ ਪੈਣਗੇ ਇੱਕ ਤਾਂ ਬਿਜਲੀ ਵਿਭਾਗ ਤੋਂ ਤੁਹਾਨੂੰ ਐਨਓਸੀ ਲੈਣੀ ਪੈਣੀ ਹੈ ਤੇ ਨਾਲ ਹੀ ਤੁਹਾਨੂੰ ਸਹਿਕਾਰਤਾ ਵਿਭਾਗ ਤੋਂ ਵੀ ਐਨਓਸੀ ਲੈਣੀ ਪੈਣੀ ਹੈ ਕਿ ਸਹਿਕਾਰੀ ਬੈਂਕਾਂ ਦੇ ਵੱਲ ਤੁਹਾਡਾ ਕੋਈ ਵੀ ਕਰਜ਼ਾ ਪੈਂਡਿੰਗ ਨਹੀਂ ਹੈਗਾ ਤੇ ਬਿਜਲੀ ਦਾ ਵੀ ਤੁਹਾਡਾ ਕੋਈ ਬਕਾਇਆ ਪੈਂਡਿੰਗ ਨਹੀਂ ਹੈਗਾ ਇਹ ਤੁਸੀਂ ਐਨਓਸੀ ਲੈ ਕੇ ਜਾਵੋਗੇ ਤਾਂ ਹੀ ਤੁਸੀਂ ਆਪਣੀ ਜ਼ਮੀਨ ਦੀ ਰਜਿਸਟਰੀ ਕਰ ਸਕੋਗੇ ਤਾਂ ਹੀ ਜ਼ਮੀਨ ਤੁਸੀਂ ਵੇਚ ਸਕੋਗੇ ਤਾਂ ਹੀ ਜ਼ਮੀਨ ਤੁਸੀਂ ਖਰੀਦ ਸਕੋਗੇ ਅੱਗੇ ਤਾਂ ਹੀ ਤੁਸੀਂ ਟਰਾਂਸਫਰ ਕਰਵਾ ਸਕੋਗੇ ਤਾਂ ਵੱਡੀ ਖਬਰ ਹੈ ਜਿਸ ਢੰਗ ਦੇ ਨਾਲ ਬਿਨਾ ਐਨਓਸੀ ਤੋਂ ਹੁਣ ਰਜਿਸਟਰੀ ਨਹੀਂ ਹੋਵੇਗੀ ਬਿਜਲੀ ਵਿਭਾਗ ਦੀ ਐਨਓਸੀ ਵੀ ਜ਼ਰੂਰੀ ਹੈ ਤੇ ਸਹਿਕਾਰਤਾ ਡਿਪਾਰਟਮੈਂਟ ਦੀ ਐਨਓਸੀ ਵੀ ਜ਼ਰੂਰੀ ਹੈਗੀ